ਕੀ ਕਹਿੰਦੇ ਆ ਸਾਡੇ ਕੋਲ ਟਾਈਮ ਨਹੀਂ ਹੁੰਦਾ ਨਾ, ਸਾਡੇ ਕੋਲ ਜ਼ਿੰਦਗੀ ਚ ਵੱਖਰੇ ਵੱਖਰੇ ਕੰਮਾਂ ਕਾਰਜਾਂ ਦੇ ਵਿੱਚੋਂ ਟਾਈਮ ਨਹੀਂ ਨਿਕਲਦਾ, ਅਸੀਂ ਕਿੱਥੋਂ ਸੇਵਾ ਦੇ ਵਿੱਚ ਸਹਿਯੋਗ ਕਰੀਏ, ਜਾਂ ਸਾਡੇ ਕੋਲ ਪੈਸੇ ਘੱਟ ਹੈ ਨਾ, ਅਸੀਂ ਪੈਸੇ ਦੇ ਨਾਲ ਸਹਿਯੋਗ ਨਹੀਂ ਕਰ ਪਾਉਂਦੇ। ਸਭ ਤੋਂ ਪਹਿਲੀ ਗੱਲ ਜੋ ਚਾਹੀਦੀ ਹੁੰਦੀ ਨਾ, ਉਹ ਨੀਅਤ ਚਾਹੀਦੀ ਹੁੰਦੀ ਹੈ ਨਾ, ਜਜ਼ਬਾ ਚਾਹੀਦਾ ਹੁੰਦਾ, ਪੈਸ਼ਨ ਚਾਹੀਦਾ ਹੁੰਦਾ। ਯੰਗ ਬੱਚਾ ਹੈ ਔਰ ਰੋਜ਼ ਸਵੇਰੇ ਆ ਕੇ ਦੁਪਹਿਰੇ 2 ਜਾਂ 3 ਵਜੇ ਤੱਕ ਕੁਛ ਹੈਗਾ ਉਹਦੇ ਨਾਲ ਸਹਿਯੋਗ ਸੇਵਾ ਦੇ ਵਿੱਚ ਇਹ ਬੱਚਾ ਸਹਿਯੋਗ ਕਰਦਾ ਡੇਲੀ ਆ ਕੇ, ਹੈ ਨਾ। ਇਹਦੇ ਲਈ ਭਾਵ ਚਾਹੀਦਾ ਹੁੰਦਾ, ਇਹਦੇ ਲਈ ਪਰਮਾਤਮਾ ਤੋਂ ਭੀਖ ਮੰਗਣੀ ਪੈਂਦੀ ਕਿ ਸੇਵਾ ਦੀ ਬਖਸ਼ ਕਰਦੇ, ਤਾਂ ਇਹ ਸੇਵਾ ਹੋ ਪਾਉਂਦੀ ਹੈ ਨਾ। ਆਪਾਂ ਛੋਟੀ ਭੈਣ ਨਾਲ ਗੱਲ ਕਰਦੇ ਹਾਂ, ਸੇਵਾ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਕਰਦੇ ਨੇ। ਭੈਣ ਜੀ ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਗਗਨਦੀਪ ਕੌਰ। ਗਗਨਦੀਪ ਕੌਰ, ਹੈ ਨਾ, ਇੱਥੇ ਖਰੜ ਦੇ ਲਾਗੇ ਪਿੰਡ ਹੈ, ਖੇੜੀ ਚੌਕ ਦੇ ਨੇੜੇ, ਹੈ ਨਾ। ਅਤੇ ਭੈਣ ਜੀ ਕਿੰਨੀ ਉਮਰ ਆਪਣੀ? 21 ਸਾਲ। 21 ਸਾਲ ਰੋਜ਼ ਆ ਕੇ ਇੱਥੇ ਟਾਈਮ ਕਿਉਂ ਖਰਾਬ ਕਰਦੇ ਹੋ? ਨਹੀਂ, ਟਾਈਮ ਨਹੀਂ, ਮੈਨੂੰ ਸਿੱਖਣ ਨੂੰ ਮਿਲਦਾ। ਸਿੱਖਣ ਨੂੰ ਮਿਲਦਾ, ਹਾਂ, ਬਹੁਤ ਕੁਛ। ਹਾਂ, ਸੇਵਾ ਦੇ ਵਿੱਚ ਸਹਿਯੋਗ ਵੀ ਚੰਗਾ ਲੱਗਦਾ ਪਿਆ। ਹਾਂ, ਘਰ ਦੇ ਕਿਆ ਕਹਿੰਦੇ ਆ? ਉਹ ਤਾਂ ਬਸ ਕਹਿੰਦੇ ਠੀਕ ਹੈ। ਹਾਂ, ਉਹ ਤਾਂ ਖੁਸ਼ ਨੇ। ਖੁਸ਼ ਨੇ ਆ। ਤੇ ਭੈਣ ਜੀ ਕਦੇ ਅਸਹਿਜ ਨਹੀਂ ਹੁੰਦੇ, ਕਿਉਂਕਿ ਨਗਨਤਾ ਦੇ ਵਿੱਚ ਬਹੁਤ ਹੀ ਭੈੜੇ ਜ਼ਖਮਾਂ ਦੇ ਵਿੱਚ ਬਹੁਤ ਹੀ ਭਿਆਨਕ ਬਦਬੂ ਆ ਰਹੀ ਹੁੰਦੀ ਹੈ, ਬੜੇ ਭੈੜੇ ਭੈੜੇ ਜ਼ਖਮ ਹੁੰਦੇ ਆ, ਤੁਸੀਂ ਅਸਹਿਜ ਨਹੀਂ ਹੁੰਦੇ, ਅਨਕੰਫਰਟੇਬਲ ਨਹੀਂ ਹੁੰਦੇ? ਨਹੀਂ, ਹਾਂ, ਨਹੀਂ। ਐਂ ਲੱਗਦਾ ਕਿ ਮੈਂ ਤਾਂ ਆਰਾਮ ਨਾਲ ਆਪਣਾ ਮਾਲ 'ਚ ਘੁੰਮਾਂ, ਫੇਸਬੁੱਕ 'ਤੇ ਆਰਾਮ ਨਾਲ ਸਕਰੋਲ ਕਰਾਂ, ਇੰਸਟਾ ਸਕਰੋਲ ਕਰਾਂ, ਘਰੇ ਬੈਠ ਕੇ ਆਰਾਮ ਨਾਲ ਏਸੀ ਦੇ ਵਿੱਚ ਟੀਵੀ ਦੇਖਾਂ, ਇੱਥੇ ਕਿਉਂ ਧੱਕੇ ਖਾਣ ਆ ਰਹੀ ਹੈ, ਲੋਕਾਂ ਦੇ ਜ਼ਖਮ ਦੇਖਾਂ, ਠੀਕ ਹੈ, ਇਹਨਾਂ ਦੀ ਸੇਵਾ ਦੇ ਵਿੱਚ ਸਹਿਯੋਗ ਕਰਾਂ, ਰੋਟੀ ਦੇਵਾਂ ਇਹਨਾਂ ਨੂੰ। ਮੈਂ ਦੇਖਦਾ ਹੁੰਦਾ ਤੁਹਾਨੂੰ ਵੱਖਰੀ ਵੱਖਰੀ ਸੇਵਾ ਦੇ ਵਿੱਚ ਸਹਿਯੋਗ ਕਰਦੇ ਹੋ ਲਗਾਤਾਰ, ਲੱਗਦਾ ਨਹੀਂ ਤੁਹਾਨੂੰ? ਕਿਉਂ ਇੰਨੇ ਕਿਆ ਧੱਕੇ ਖਾਣੇ ਘਰੇ ਬੈਠਦੇ ਆਰਾਮ ਨਾਲ? ਨਹੀਂ, ਮੈਨੂੰ ਮਤਲਬ ਬਹੁਤ ਕੁਛ ਸਿੱਖਣ ਨੂੰ ਮਿਲਦਾ ਉਰੇ, ਪੇਸ਼ੈਂਟ ਦੀ ਮਤਲਬ ਹੈਲਪ ਕਰਨੀ ਵਧੀਆ ਲੱਗਦੀ ਆ। ਅੱਛਾ, ਹਾਂਜੀ। ਤੇ ਇੰਨੇ ਭੈੜੇ ਭੈੜੇ ਜ਼ਖਮਾਂ ਨਾਲ ਪ੍ਰੋਬਲਮ ਕੋਈ ਨਹੀਂ? ਕੋਈ ਪ੍ਰੋਬਲਮ? ਹਾਂ, ਨਹੀਂ। ਸਿੱਖਣ ਨੂੰ ਮਿਲਦਾ ਤੇ ਸੇਵਾ ਦੇ ਵਿੱਚ ਸਹਿਯੋਗ ਕਰਕੇ ਚੰਗਾ ਲੱਗਦਾ। ਘਰ ਦੇ ਕਿਆ ਕਹਿੰਦੇ ਆ? ਉਹ ਤਾਂ ਕੁਛ ਨਹੀਂ, ਬਸ ਉਹ ਵੀ ਖੁਸ਼ ਨੇ। ਖੁਸ਼ ਨੇ, ਗੱਲ ਹੁੰਦੀ ਹੈ ਘਰ ਜਾ ਕੇ ਦੱਸ ਦਿਓ ਕਿ ਪੇਸ਼ੈਂਟ ਇੱਦਾਂ ਇੱਦਾਂ ਦੀ ਹਾਲਾਤ ਦੇ ਵਿੱਚ ਆ, ਤਾਂ ਗੱਲ ਕਰਦੇ ਉਹਨਾਂ ਨਾਲ? ਕਿਹਦੇ ਨਾਲ? ਮੰਮੀ ਨਾਲ, ਡੈਡੀ ਨਾਲ? ਮੰਮੀ ਡੈਡੀ ਨਾਲ, ਦੋਨਾਂ ਨਾਲ। ਕਿਆ ਕਿਆ ਦੱਸਦੇ ਹੁੰਦੇ ਆ, ਕਿਆ ਕਹਿੰਦੇ ਹੁੰਦੇ, ਕਰੋ ਫੀਡਬੈਕ ਕਿਆ ਉਹਨਾਂ ਦਾ? ਕੁਛ ਉਹ ਵੀ ਕੁਛ ਨੇ, ਕਹਿੰਦੇ ਠੀਕ ਹੈ ਵੀ ਆਪਣਾ ਸਿੱਖ ਲੈ ਵੀ ਕੰਮ ਵੀ ਆ ਸੇਵਾ। ਅੱਛਾ, ਕੁਛ ਨਹੀਂ। ਤੇ ਹੁਣ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਬਾਹਰ ਦੀ ਫਾਈਲ ਵੀ ਲਗਾਈ ਹੋਈ ਹੈ, ਬਹੁਤ ਸਾਡੀ ਸ਼ੁਭਕਾਮਨਾਵਾਂ ਨਾਲ ਨੇ, ਔਰ ਸੰਗਤ ਜੋ ਦੇਖ ਰਹੀ ਹੈ ਨਾ, ਉਹ ਵੀ ਉਹਨਾਂ ਦਾ ਆਸ਼ੀਰਵਾਦ ਵੀ ਤੁਹਾਨੂੰ ਜ਼ਰੂਰ ਮਿਲਣਾ, ਮੈਨੂੰ ਪਤਾ ਇਸ ਗੱਲ ਦਾ ਨਾ। ਬੀਟ ਦੇ ਨਾਲ ਆਹ ਯੰਗ ਭੈਣ ਗਗਨਦੀਪ ਜੋ ਹੈਗੇ ਨੇ ਸੇਵਾ ਦੇ ਵਿੱਚ ਸਹਿਯੋਗ ਕਰਨ ਆਉਂਦੇ, ਦੁਪਹਿਰ ਤੱਕ ਤੁਹਾਡੇ ਪੇਸ਼ੈਂਟਾਂ ਨਾਲ ਸੇਵਾ ਦੇ ਵਿੱਚ ਸਹਿਯੋਗ ਕਰਦੇ ਆ, ਕਿਹਦਾ ਲੱਗਦਾ? ਬਹੁਤ ਵਧੀਆ ਸੇਵਾ ਕਰ ਰਹੇ ਨੇ, ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਨੇ। ਏਦਾਂ ਤਾਂ ਅੱਜ ਤੋਂ ਪਹਿਲਾਂ ਏਦਾਂ ਦੀ ਭੈਣਾਂ ਦੇਖੀਆਂ ਸੀ ਛੋਟੀ? ਨਾ ਜੀ, ਨਾ, ਬਿਲਕੁਲ ਨਹੀਂ। ਬਿਲਕੁਲ ਜੀ, ਦੁਨੀਆਂ 'ਚ ਦੇਖੀਆਂ? ਨਾ ਨਾ ਨਾ, ਬਿਲਕੁਲ ਨਹੀਂ ਜੀ। ਔਰ ਛੋਟੀ ਤੋਂ ਛੋਟੀ, ਬਰੀਕ ਤੋਂ ਬਰੀਕ, ਹਾਂ, ਜਿਹੜੀ ਪੇਸ਼ੈਂਟ ਨੂੰ ਜ਼ਰੂਰਤ ਹੈ, ਉਹ ਪੇਸ਼ੈਂਟ ਨੂੰ ਆ ਕੇ ਪੁੱਛਿਆ ਜਾਂਦਾ ਹੈ ਕਿ ਮੈਨੂੰ ਦੱਸੋ ਕੀ ਚਾਹੀਦਾ ਤੁਹਾਨੂੰ, ਕੀ ਜ਼ਰੂਰਤ ਹੈ ਤੁਹਾਡੀ, ਕੋਈ ਦੁੱਖ ਤਕਲੀਫ, ਕੋਈ ਮੈਡੀਸਨ, ਕੋਈ ਬੰਦਾ ਬੋਲਦੇ? ਨਹੀਂ ਜੀ, ਬਿਲਕੁਲ ਵੀ ਨਹੀਂ, ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਐਡੀ ਬੜੀ ਸੇਵਾ ਜੋ ਕਰ ਰਹੇ ਨੇ, ਉਹਨਾਂ ਦੇ ਮੁੱਖ ਤੇ ਮੰਦਾ ਬੋਲ ਤਾਂ ਆ ਹੀ ਨਹੀਂ ਸਕਦਾ। ਅੱਛਾ, ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਇਹ ਸੇਵਾ ਇੰਨੀ ਜ਼ਿਆਦਾ ਕਹਿ ਦਈਏ ਕਿ, ਜਿਵੇਂ ਕਹਿ ਦਈਏ ਕਿ ਮਹਾਰਾਜ ਦੇ ਘਰ ਸੇਵਾ ਹੋ ਰਹੀ ਹੈ, ਏਦਾਂ ਸੇਵਾ ਕਰ ਰਹੇ ਨੇ ਜੀ। ਬਿਲਕੁਲ ਜੀ, ਇਹਨਾਂ ਦੇ ਮਾਤਾ ਪਿਤਾ ਦਾ ਮੈਂ ਧੰਨਵਾਦ ਕਰਦਾ ਜਿਹਨਾਂ ਨੇ ਇਹੋ ਜਿਹੇ ਪੁੱਤ ਜਾਂ ਪੁੱਤਰ ਧੀਆਂ ਜੰਮੀਆਂ ਜੀ। ਬਹੁਤ ਕਿਆ ਵਿਚਾਰ ਹੈ ਇਸ ਬੱਚੇ ਬਾਰੇ? ਟਾਈਮ ਵੀ ਖਰਾਬ ਕਰਨ ਦੀ ਬਹੁਤ ਜ਼ਿਆਦਾ ਆ। ਵਧੀਆ, ਇੱਕ ਤਾਂ ਕਹਿਣਾ ਪੈਂਦਾ ਇਹ ਆਪਣੇ ਆਪ ਪੁੱਛਣ ਗਿਆ ਕਿ ਕੁਛ ਚਾਹੀਦਾ ਤੈਨੂੰ, ਹਾਂ, ਕੋਈ ਡਿਮਾਂਡ ਰੱਖੋ ਜੇ ਕੋਈ ਮੁਸ਼ਕਲ ਤਾਂ ਦੱਸੋ। ਅੱਛਾ, ਬਹੁਤ ਖੁਸ਼ੀ ਹੁੰਦੀ ਆ, ਮਨ ਨੂੰ ਸਕੂਨ ਮਿਲਦਾ ਜਦੋਂ
ਯੰਗ ਬੱਚੇ ਜਦ ਸੇਵਾ ਚ ਕਰਦੇ ਆ ਸਿੱਧੇ ਪਾਸੇ ਲੱਗੇ, ਕਿਉਂਕਿ ਸਮਾਜ ਦਾ ਹਾਲ ਬੜਾ ਬੁਰਾ ਹੈ ਬੱਚਿਆਂ ਦਾ, ਯੰਗ ਬੱਚਿਆਂ ਦਾ ਲੋਕਾਂ ਨੂੰ ਹਰ ਪਾਸੇ ਨਿਰਾਸ਼ਾ ਲੱਗਦੀ ਹੈ ਕਿ ਸਮਾਜ ਚ ਸਾਰੇ ਬੱਚੇ ਭਟਕੇ ਹੋਏ ਨੇ, ਪਰ ਇਹਨਾਂ ਬੱਚਿਆਂ ਨੂੰ ਦੇਖ ਕੇ ਹੌਸਲਾ ਵੱਧਦਾ ਹੈ ਕਿ ਹਾਂ ਨਹੀਂ ਸਮਾਜ ਚ ਹਰ ਬੱਚਾ ਭਟਕਿਆ ਨਹੀਂ ਹੋਇਆ, ਚੰਗੇ ਚੰਗੇ ਇਨਸਾਨ ਵੀ ਹੈਗੇ, ਬਟ ਉਹ ਸੋਸ਼ਲ ਮੀਡੀਆ ਤੇ ਮੂਹਰੇ ਨਹੀਂ ਆ ਰਹੇ ਹੈ ਨਾ, ਉਹ ਦਿਖਦੇ ਘੱਟ ਹੈ, ਨੈਗੇਟਿਵਿਟੀ ਸਾਨੂੰ ਨਕਾਰਾਤਮਕਤਾ ਜ਼ਿਆਦਾ ਦਿਖਦੀ ਹੈ ਨਾ, ਇਹ ਸ਼ੋਅ ਨਹੀਂ ਕਰਦੇ ਤੇ ਕੰਮ ਬਹੁਤ ਕਰਦੀ ਆ, ਮੈਂ ਧਿਆਨ ਰੱਖਦੀ ਆ ਸੇਵਾ ਕਰਦੇ ਨਿਭਾ ਰਹੇ ਨੇ, ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇਹੋ ਜਿਹੇ ਸੰਸਕਾਰ ਦਿੱਤੇ ਉਹਨਾਂ ਨੂੰ, ਤੇ ਉਹ ਆਣ ਕੇ ਮਰੀਜ਼ਾਂ ਦੀ ਇੱਥੇ ਸੇਵਾ ਕਰਦੇ ਨੇ, ਪੱਟੀਆਂ ਕਰਦੇ ਨੇ, ਆਣ ਕੇ ਦੇਖਦੇ ਨੇ ਸਾਨੂੰ, ਦੋ ਦੋ ਤਿੰਨ ਤਿੰਨ ਵਾਰ ਦਿਨ ਚ ਪੁੱਛਦੇ ਨੇ। ਹਾਂਜੀ ਬਿਲਕੁਲ ਸਹੀ ਭਾਜੀ, ਬਹੁਤ ਵਧੀਆ ਸਤਿਕਾਰ ਦਿੱਤੇ ਉਹਨਾਂ ਦੇ ਘਰਦਿਆਂ ਨੇ।